ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰੂ ਪਿਆਰ ਵਾਲਿਓ, ਵੀਡੀਓ ਨੂੰ ਸ਼ੇਅਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰੋ। ਸਾਧ ਸੰਗਤ ਜੀਓ, ਅੱਜ ਆਪਾਂ ਇੱਕ ਖਾਸ ਬੇਨਤੀ ਨੂੰ ਸਮਝਣਾ, ਕਿਉਂਕਿ ਕਈ ਵੀਰ ਭੈਣਾਂ ਦੇ ਸਵਾਲ ਸੀ। ਦਸ਼ਮੇਸ਼ ਪਿਤਾ ਦੇ ਭਵਿੱਖਤ ਬਚਨ, ਜਦੋਂ ਕਿ ਆਪਾਂ ਸਮਝਾਂਗੇ ਕਿ ਦੁਨੀਆ ਦਾ ਅੰਤ ਹੋਣਾ, ਅੰਤ ਹੋਣਾ ਤਾਂ ਤੈਅ। ਜਿਨ੍ਹਾਂ ਨੇ ਨਾਮ ਜਪਿਆ ਨਾ, ਜਿੰਨਾ ਜਪਿਆ ਜਾਂਦਾ ਜਪ ਲਓ, ਅੰਤ ਹੋਣਾ ਤਾਂ ਨਿਸ਼ਚਿਤ ਹੈ। ਖੁਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ। ਬੇਨਤੀ ਆਪਾਂ ਆਰੰਭ ਕਰਨੀ ਹੈ, ਸਾਧ ਸੰਗਤ ਆਓ ਸਮਝਣ ਦਾ ਯਤਨ ਕਰੀਏ। ਪਾਤਸ਼ਾਹ ਜੀ ਆਪ ਹੀ ਸੋਝੀ ਬਖਸ਼ਣ, ਫਤਿਹ ਬੁਲਾਓ, ਆਰੰਭਤਾ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਜਦੋਂ ਵੀ ਐਸੀ ਆਫਤ ਆਈ ਹੈ, ਚਾਹੇ ਉਹ ਹੜ੍ਹ ਹੋਣ, ਚਾਹੇ ਉਹ ਹਨੇਰੀ ਤੂਫਾਨ ਨਾਲ ਹੋਇਆ ਸਾਡਾ ਨੁਕਸਾਨ ਹੋਵੇ, ਕਿਸੇ ਵੀ ਖਿੱਤੇ ਦਾ, ਕਿਸੇ ਵੀ ਵਰਗ ਦਾ, ਕਿਸੇ ਵੀ ਥਾਂ 'ਤੇ, ਉਦੋਂ ਉਹ ਇੱਕ ਸੰਕੇਤ ਹੁੰਦਾ। ਹੁਣ ਪਿਛਲੇ ਦਿਨਾਂ ਦੇ ਦੌਰਾਨ ਕਿਤੇ ਨਾ ਕਿਤੇ ਜਿਹੜੇ ਨੇ ਭੁਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ। ਕਾਰਨ ਕੀ ਹੈ? ਕੁਦਰਤ ਸੰਕੇਤ ਦਿੰਦੀ ਹੈ। ਕੁਦਰਤ ਬਹੁਤ ਵੱਡਾ ਸੰਕੇਤ ਦਿੰਦੀ ਹੈ ਮਨੁੱਖ ਨੂੰ ਕਿ ਹੇ ਭਲਿਆ, ਤੇਰੇ ਲਈ ਸਮਾਂ ਹੈ। ਮਹਾਂਪੁਰਖ ਕਹਿੰਦੇ ਹੁੰਦੇ ਸਨ ਵੀ ਕੁਝ ਕੁ ਸਾਲ ਹੀ ਨੇ, ਕੁਝ ਕੁ ਸਾਲ ਹੀ ਨੇ, ਦੁਨੀਆ ਦਾ ਅੰਤ ਹੋਣਾ ਤਾਂ ਤੈਅ ਹੈ, ਦੁਨੀਆ ਦੇ ਉੱਪਰ ਮਨੁੱਖਤਾ ਦਾ ਘਾਣ ਹੋਣਾ ਤਾਂ ਤੈਅ ਹੈ। ਸਾਧ ਸੰਗਤ, ਮੈਂ ਤਾਂ ਕਰਕੇ ਬੇਨਤੀ ਕਰਦਾ ਕਿਉਂਕਿ 10 ਕਰੋੜ ਸਾਲ ਬਾਅਦ ਅਜਿਹਾ ਸਮਾਂ ਬਣਦਾ ਹੈ। ਪਹਿਲਾਂ ਵੀ ਲੋਕਾਂ ਨੇ ਕਹਿ ਦਿੱਤਾ ਕਿ 97 ਦੇ ਵਿੱਚ ਜੀ ਉਦੋਂ ਬੜਾ ਕਿਹਾ, ਉਦੋਂ ਹੋਇਆ ਨਹੀਂ ਜੀ, 97 ਦੇ ਵਿੱਚ ਬੜਾ ਰੌਲਾ ਪਾਇਆ ਜੀ, 12 ਦੇ ਵਿੱਚ ਰੌਲਾ ਪਾਇਆ ਵੀ ਧਰਤੀ ਖਤਮ ਹੋ ਜਾਣੀ ਹੈ, ਧਰਤੀ ਧਕੇਲੀ ਜਾਣੀ ਹੈ, ਧਰਤੀ ਨਸ਼ਟ ਹੋ ਜਾਣੀ ਹੈ ਜੀ, ਉਦੋਂ ਹੋਈ ਤਾਂ ਹੈ ਨਹੀਂ। ਮੈਂ ਕਹਿੰਦਾ ਗੁਰਮੁਖ ਪਿਆਰਿਓ, ਕੀ ਆਪਾਂ ਉਹ ਕਰਾ ਕੇ ਰਾਜੀ ਸੀ? ਸ਼ੁਕਰ ਮਨਾਓ, ਨਹੀਂ ਹੋਇਆ। ਕਿਸੇ ਬੰਦਗੀ ਵਾਲੇ ਨੇ ਅਰਦਾਸ ਕਰ ਦਿੱਤੀ, ਨਹੀਂ ਹੋਈ ਤਾਂ ਚੰਗਾ ਹੋਇਆ, ਜੇ ਹੋ ਜਾਂਦਾ ਤਾਂ ਫਿਰ ਆਪਾਂ ਖੁਸ਼ ਹੋਣਾ ਸੀ। ਸਾਧ ਸੰਗਤ, ਨਿਸ਼ਚਿਤ ਹੈ ਵੀ ਧਰਤੀ ਨੇ ਖਤਮ ਹੋਣਾ ਹੈ, ਬਚੇਗਾ ਕੌਣ? ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਣਗੇ। ਪਾਤਸ਼ਾਹ ਵੀ ਗੁਰਬਾਣੀ ਵਿੱਚੋਂ ਕਹਿੰਦੇ ਨੇ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਇੱਥੇ ਹਰੀ ਹਰੀ ਕਰਨ ਵਾਲੇ ਹੀ ਤਰਨਗੇ, ਬਾਕੀ ਤਾਂ ਡੁੱਬ ਜਾਣਗੇ। ਇਹ ਭਵ ਜਲ ਜਲ ਸਮੁੰਦਰ ਹੈ ਨਾ ਜਿਹੜਾ, ਇੱਥੇ ਕਿਸੇ ਵੀ ਚੀਜ਼ ਦੇ ਲਪੇਟ ਵਿੱਚ ਆ ਜੇ, ਧਰਤੀ ਦਾ ਅੰਤ ਹੋਣਾ ਤਾਂ ਤੈਅ ਹੈ। ਸਾਧ ਸੰਗਤ, ਮੈਂ ਤਾਂ ਕਰਕੇ ਬੇਨਤੀ ਕਰਦਾ, ਗੁਰੂ ਪਿਆਰ ਵਾਲਿਓ, ਵੱਡੇ ਵੱਡੇ ਸਾਇੰਸਦਾਨਾਂ ਨੂੰ ਫਿਕਰ ਪਿਆ ਪਿਆ ਵੀ ਕੀ ਕਰੀਏ। ਧਰਤੀ ਦਾ ਨਸ਼ਟ ਹੋਣਾ ਤੈਅ ਸੀ, ਪਰ ਨਿਰੰਕਾਰ ਨੂੰ ਤਰਸ ਆਇਆ ਅਤੇ ਗੁਰੂ ਨਾਨਕ ਸਰੂਪ ਹੋ ਕੇ ਧਰਤੀ 'ਤੇ ਆ ਗਏ। 550 ਸਾਲ ਪਹਿਲਾਂ ਧਰਤੀ ਗਰਕ ਹੋਣੋਂ ਬਚ ਗਈ, ਨਹੀਂ ਤਾਂ ਉਦੋਂ ਬੜਾ ਨੁਕਸਾਨ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਇਤਿਹਾਸ ਕਹਿੰਦਾ ਕਿ ਧਰਤੀ ਨੇ ਵੀ ਪੁਕਾਰ ਕੀਤੀ, ਆਕਾਸ਼ ਨੇ ਵੀ ਪੁਕਾਰ ਕੀਤੀ ਵੀ ਪਰਮਾਤਮਾ ਹੁਣ ਤੂੰ ਹੀ ਵਾਲੀ ਹੈ, ਅਤੇ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਆਏ ਅਤੇ ਦੁਨੀਆ ਨੂੰ ਠੱਲ ਪਈ। ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਨੇ ਬਹੁਤ ਦੁਨੀਆ ਨੂੰ ਤਾਰਿਆ।
ਕਹਿੰਦੇ ਨੇ ਉਹਨਾਂ ਨੇ ਕਿੰਨੇ ਕਿਲੋ 100 ਕਿਲੋਮੀਟਰ ਤੁਰੇ ਜੀ, ਇਹ ਅੰਕੜੇ ਕੱਢੇ। ਮੈਂ ਕਹਿੰਦਾ ਕੋਈ ਅੰਕੜੇ ਨਹੀਂ ਪਿਆਰ ਵਾਲੇ, ਉਹ ਗੁਰੂ ਨੇ ਤਾਂ ਸ੍ਰਿਸ਼ਟੀ ਨੂੰ ਤਾਰਿਆ, ਕੰਨਿਆ ਕੁਮਾਰੀ ਲੰਕਾ ਤੱਕ ਪਤਾ ਨਹੀਂ ਕਿੱਥੇ ਕਿੱਥੇ ਮਹਾਰਾਜ ਨੇ ਆਪਣੇ ਕਦਮ ਪਾ ਦਿੱਤੇ। ਕਾਹਦੇ ਵਾਸਤੇ? ਸ੍ਰਿਸ਼ਟੀ ਦਾ ਭ੍ਰਮਣ ਕੀਤਾ ਅਤੇ ਜਿੱਥੇ ਜਿੱਥੇ ਦੁਸ਼ਟ ਲੋਕ ਬੈਠੇ ਸੀ ਉਹਨਾਂ ਦਾ ਸੰਘਾਰ ਕੀਤਾ ਅਤੇ ਧਰਤੀ ਨੂੰ ਠਾਰਿਆ, ਥੋੜ੍ਹੀ ਜਿਹੀ ਸ਼ਾਂਤੀ ਦਿੱਤੀ। ਸਾਧ ਸੰਗਤ, ਗੁਰੂ ਨੇ ਬਹੁਤ ਕੁਝ ਕੀਤਾ ਹੈ। ਜਿਹੜੇ ਨਾਮ ਜਪਦੇ ਨੇ, ਗੁਰੂ ਨਾਲ ਜੁੜਦੇ ਨੇ, ਸਾਧ ਸੰਗਤ, ਉਹਨਾਂ ਦੇ ਹਿਰਦੇ ਵੀ ਇੱਦਾਂ ਠਰ ਜਾਂਦੇ ਨੇ, ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ। ਅੱਜ ਆਪਾਂ ਵੇਖਦੇ ਹਾਂ ਨਾ, ਅੱਜ ਗਰਕਣੇ ਵੱਲ ਨਿਸ਼ਾਨੀਆਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਤੱਕ ਪਾੜੇ ਜਾਂਦੇ ਨੇ, ਬੇਅਦਬੀ ਕਰ ਦਿੱਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗ ਤੱਕ ਪਾੜ ਕੇ, ਬੇਅਦਬੀ ਕਰਕੇ ਗਲੀਆਂ ਨਾਲੀਆਂ ਦੇ ਵਿੱਚ ਖਿਲਾਰ ਦਿੱਤੇ ਜਾਂਦੇ ਨੇ ਅਤੇ ਹੈਰਾਨਗੀ ਹੁੰਦੀ ਹੈ। ਅਤੇ ਸਾਧ ਸੰਗਤ, ਅੱਜ ਤੱਕ ਉਸ ਚੀਜ਼ ਦਾ ਇਨਸਾਫ਼ ਨਹੀਂ ਮਿਲ ਸਕਿਆ। ਘਾਟ ਪਤਾ ਨਹੀਂ ਕਿੱਥੇ ਹੈ, ਤੁਸੀਂ ਬਾਖੂਬੀ ਜਾਣਦੇ ਹੋ, ਸਾਰਾ ਕੁਝ ਪ੍ਰਚਾਰਕਾਂ ਤੋਂ ਨਾ ਕਹਾਇਆ ਕਰੋ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੁਪਤ ਪਹਿਰੇ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਖੈਰ, ਮੈਂ ਬਹੁਤੀ ਬੇਨਤੀ ਨਹੀਂ ਕਰਨੀ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋ ਜਾਣਾ, ਅੱਜ ਕਿੰਨੀਆਂ ਚੀਜ਼ਾਂ ਨੇ, ਬੰਦੇ ਦਾ ਇੰਨਾ ਬੇਦਰਦ ਅਤੇ ਬੇਕਿਰਕ ਹੋ ਜਾਣਾ, ਆਪਸੀ ਪਿਆਰ ਨਾ ਰਹਿਣਾ। ਅਤੇ ਸਾਧ ਸੰਗਤ, ਇਹ ਸਿਰਫ ਅਤੇ ਸਿਰਫ ਉਸ ਚੀਜ਼ ਵੱਲ ਸਾਨੂੰ ਲੈ ਕੇ ਜਾ ਰਹੀਆਂ ਨੇ, ਇਹ ਉਸ ਚੀਜ਼ ਵੱਲ ਜਾਣ ਦੀਆਂ ਨਿਸ਼ਾਨੀਆਂ ਨੇ। ਨਿਕਲ ਚੱਲੋ ਰਸਾਤਲ ਢੋਆ, ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ। ਲੋਕ ਗੁਰਬਾਣੀ ਪੜ੍ਹਦੇ ਨਹੀਂ, ਗੁਰਬਾਣੀ ਨੂੰ ਚੁੱਕ ਕੇ ਘਰੋਂ ਗੁਟਕਿਆਂ ਨੂੰ ਅਤੇ ਗੁਰਦੁਆਰਾ ਸਾਹਿਬ ਛੱਡ ਆਉਂਦੇ ਨੇ। ਸੱਚੇ ਪਾਤਸ਼ਾਹ ਹੁਣ ਮਿਹਰ ਕਰਨਗੇ, ਐਸੀ ਸੋਝੀ ਆਵੇ ਨਾ ਕਰੀਏ, ਪਰ ਇਹ ਚੀਜ਼ਾਂ ਸਾਨੂੰ ਆਪਣੇ ਆਪ ਗਰਕ ਵੱਲ ਧਕੇਲ ਕੇ ਲੈ ਕੇ ਜਾ ਰਹੀਆਂ ਨੇ। ਸਾਧ ਸੰਗਤ, ਇਹ ਨਿਸ਼ਾਨੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਅਤੇ ਗੁਰਬਾਣੀ ਨੂੰ ਘਰੋਂ ਕੱਢ ਦੇਣਾ। ਹੁਣ ਧਰਤੀ ਇਹ ਚੀਜ਼ ਭਾਰ ਝੱਲ ਨਹੀਂ ਰਹੀ, ਪਾਪੀ ਦੂਣ ਸਵਾਏ ਹੋ ਗਏ ਅਤੇ ਜਿਹੜੇ ਹਰੀ ਜਨ ਨੇ ਉਹ ਘੱਟ ਗਏ, ਜਿਹਦਾ ਭਾਰ ਹੁਣ ਧਰਤੀ ਨੂੰ ਜ਼ਿਆਦਾ ਲੱਗਣ ਲੱਗ ਪਿਆ। ਗੁਰੂ ਪਿਆਰ ਵਾਲੇ, ਉਹ ਕਈ ਸਦੀਆਂ ਪਹਿਲਾਂ ਬ੍ਰਾਹਮਣ ਪੰਡਤਾਂ ਨੇ ਰਲ ਕੇ ਯੱਗ ਕੀਤਾ ਕਿ ਧਰਤੀ ਦਾ ਨਾਸ਼ ਹੋਣ ਤੋਂ ਬਚ ਜਾਏ। ਉਦੋਂ ਥੋੜ੍ਹਾ ਸਮਾਂ ਟਲਿਆ, ਪਰ ਬੇਨਤੀ ਕਰੂੰਗਾ, ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਵੀ ਧਾਰਿਆ ਅਤੇ ਧਰਤੀ ਤੋਂ ਮਾੜਾ ਸਮਾਂ ਟਲ ਗਿਆ। ਬਾਅਦ ਵਿੱਚ ਗਾਹੇ ਵਗਾਹੇ ਇਹ ਸਮਾਂ ਚੱਲਦਾ ਰਿਹਾ, ਪਰ ਬੰਦਗੀ ਵਾਲੇ ਮਹਾਂਪੁਰਖਾਂ ਨੇ ਜਿਉਂ ਜਿਉਂ ਅਰਦਾਸ ਕੀਤੀ, ਬੰਦਗੀ ਵਾਲੀਆਂ ਰੂਹਾਂ ਰਹੀਆਂ ਅਤੇ ਸਾਧ ਸੰਗਤ, ਉਹ ਸਮਾਂ ਟਲਦਾ ਰਿਹਾ। ਪਿੱਛੇ ਜੇ ਆਪਾਂ ਵੇਖਿਆ ਨਾ, 1984 ਦੇ ਵਿੱਚ ਕੀ ਕੁਝ ਹੁੰਦਾ, ਮੈਂ ਥੋੜ੍ਹਾ ਜਿਹਾ ਬਿਆਨ ਕਰਦਿਆਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉੱਪਰ ਲੋਕਾਂ ਨੇ ਭੰਗੜੇ ਤੱਕ ਪਾਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਤੱਕ ਲੋਕਾਂ ਨੇ ਪਿਸ਼ਾਬ ਤੱਕ ਕੀਤਾ, ਅਤੇ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗ ਵਿੱਚ ਵੀ ਸਾੜਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਉਦੋਂ ਵੀ ਪਾੜਿਆ ਗਿਆ ਅਤੇ ਅੱਜ ਵੀ ਪਾੜਿਆ ਜਾ ਰਿਹਾ। ਫਰਕ ਦੱਸੋ ਕੀ ਹੈ? ਇਹ ਧਰਤੀ ਦਾ ਧਸਣਾ ਬਿਲਕੁਲ ਤੈਅ ਹੈ, ਨਰਕ ਵੱਲ ਜਾਣਾ ਇਹ ਸਿਰਫ ਨਿਸ਼ਾਨੀਆਂ ਨੇ ਜੋ ਸਾਡੇ ਸਾਹਮਣੇ ਅੱਜ ਸਾਨੂੰ ਦਿਖਾਈ ਦੇ ਰਹੀਆਂ ਨੇ। ਮੈਂ ਤਾਂ ਕਰਕੇ ਬੇਨਤੀ ਕਰਦਾ, ਸਾਧ ਸੰਗਤ, ਹਿਰਦੇ ਬਲੁੰਦਰੇ ਜਾਂਦੇ ਨੇ, ਸਾਡੇ ਬਾਪੂ ਦੀ ਬੇਅਦਬੀ ਹੋ ਜਾਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਨਾ ਰਹੇ ਅਤੇ ਆਪਣਾ ਕੋਈ ਜੀਣਾ ਵੀ ਜੀਣਾ ਹੈ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ,
ਮੈਂ ਬੇਨਤੀ ਕਰਦਾ ਉਦੋਂ ਕਿੰਨੀ ਮਨਾਂ ਨੂੰ ਠੇਸ ਲੱਗਦੀ ਹੈ ਕਿ ਬਾਪੂ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਇੰਨਾ ਅਸੀਂ ਪਿਆਰ ਕਰਦੇ ਹਾਂ, ਇੰਨਾ ਉਹਦਾ ਸਤਿਕਾਰ ਕਰਦੇ ਹਾਂ, ਅਤੇ ਸਾਡੇ ਬਾਪੂ ਦੀ ਬੇਅਦਬੀ ਹੋ ਜਾਂਦੀ ਹੈ। ਹੁਣ ਇੱਕ ਬੱਚਾ ਹੈ ਨਾ, ਸਾਧ ਸੰਗਤ ਗੋਦੀ ਵਿੱਚ ਬੈਠ ਜਾਏ, ਪਿਓ ਦੀ ਦਾੜੀ ਪੱਟੇ, ਪੱਗ ਲਾ ਦੇ ਅਤੇ ਪਿਓ ਉਹਨੂੰ ਝਿੜਕੇਗਾ ਹੀ ਨਾ। ਇਸੇ ਤਰ੍ਹਾਂ ਜੋ ਅੱਜ ਸਮਾਂ ਚੱਲ ਰਿਹਾ ਸਾਧ ਸੰਗਤ, ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਣਾ, ਲੋਕਾਂ ਦੇ ਦਿਲਾਂ ਵਿੱਚੋਂ ਆਪਸੀ ਪਿਆਰ ਖਤਮ ਹੋ ਜਾਣਾ, ਭਾਈਚਾਰਕ ਸਾਂਝ ਖਤਮ ਹੋ ਜਾਣੀ, ਧਰਮ ਦੇ ਨਾਂ 'ਤੇ ਲੜਾਈਆਂ ਹੋ ਜਾਣੀਆਂ, ਇਹ ਸਾਰੇ ਸੰਕੇਤ ਨੇ ਕਿ ਪਰਮਾਤਮਾ ਆਪਾਂ ਨੂੰ ਬਖਸ਼ ਦੇਵੇਗਾ। ਚੰਗੇ ਇਨਸਾਨ ਬਣਾ ਕੇ ਪਰਮਾਤਮਾ ਨੇ ਭੇਜਿਆ, ਪਰ ਇੱਥੇ ਭੈੜੀ ਮਤ ਧਾਰਨ ਕਰ ਲਈ। ਸਤਿਗੁਰੂ ਅਤੇ ਆਪ ਗੁਰਬਾਣੀ ਵਿੱਚੋਂ ਕਿ ਮਨ ਰੇ ਕੌਣ ਘੁੰਮਤ ਤੈਂ ਲੀਨੀ, ਪਰਦਾ ਰਹਿ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਕਿਹੜੀ ਭੈੜੀ ਮਤ ਨੂੰ ਤੂੰ ਧਾਰਨ ਕਰ ਲਿਆ ਮਨੁੱਖਾ, ਤੂੰ ਚੰਗਾ ਇਨਸਾਨ ਬਣਨਾ ਸੀ ਪਰ ਤੂੰ ਧਰਮ ਦੇ ਨਾਂ 'ਤੇ ਠੱਪੇ ਲਾ ਕੇ ਲੜਾਈਆਂ ਕਰਨ ਲੱਗ ਪਿਓ। ਸਾਧ ਸੰਗਤ ਬੇਨਤੀ ਕਰਦਾ ਹੁੰਦਾ ਕਿ ਅੱਜ ਆਪਸੀ ਪਿਆਰ ਦੀ ਲੋੜ ਹੈ, ਭਾਈਚਾਰਕ ਸਾਂਝ ਦੀ ਲੋੜ ਹੈ, ਧਰਮ ਦੇ ਨਾਂ 'ਤੇ ਵੰਡੀਆਂ ਪਾ ਕੇ ਆਪਸ ਵਿੱਚ ਲੜਨਾ ਠੀਕ ਨਹੀਂ ਹੈ। ਸਾਧ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ। ਮੈਂ ਬੇਨਤੀ ਕਰਦੇ ਹਾਂ, ਤਿਲਕ ਜਨੇਊ ਜੰਜੂ ਪ੍ਰਭ ਰੱਖ ਤਾਕਾ ਰਾਖਾ, ਅਤੇ ਇਹ ਆ ਬਚਨ ਆਪਾਂ ਪੜ੍ਹਦੇ ਹਾਂ ਨਾ। ਇਹ ਸਤਿਗੁਰੂ ਕਹਿੰਦੇ ਨੇ ਤਿਲਕ ਜਨੇਊ ਜੰਜੂ ਪ੍ਰਭ ਰਾਖਾ ਤਾਕਾ, ਤੀਨੋ ਕਿਓ ਕਲੂ ਵੱਡ ਸਾਕਾ। ਪਾਤਸ਼ਾਹ ਕਹਿੰਦੇ ਨੇ ਉੱਥੇ ਕੇਵਲ ਕਿਸੇ ਇੱਕ ਚੀਜ਼ ਲਈ ਲੜਾਈ ਨਹੀਂ, ਉੱਥੇ ਧਰਮ ਦੀ ਆਜ਼ਾਦੀ ਲਈ ਲੜਾਈ ਹੈ, ਲੋਕਾਂ ਦੇ ਆਪਸੀ ਹੱਕ ਲੈਣ ਦੇ ਲਈ ਲੜਾਈ ਹੈ। ਕਿਉਂਕਿ ਉੱਥੇ ਧਰਮ ਨੂੰ ਆਜ਼ਾਦੀ ਨਹੀਂ ਸੀ, ਜ਼ਬਰਦਸਤੀ ਜਨੇਊ ਲਾਹ ਦੇਣੇ, ਮੱਥਿਆਂ ਦੇ ਉੱਪਰੋਂ ਤਿਲਕ ਹਟਾ ਦੇਣੇ ਅਤੇ ਮੰਦਰਾਂ ਨੂੰ ਢਹਿ ਢੇਰੀ ਕਰ ਦੇਣਾ, ਮੰਦਰਾਂ ਦੇ ਵਿੱਚੋਂ ਟੱਲ ਖੜਕਣੇ ਬੰਦ ਕਰ ਦੇਣੇ, ਇਸ ਗੱਲ ਦਾ ਸਬੂਤ ਸੀ ਕਿ ਸਾਧ ਸੰਗਤ ਉੱਥੇ ਧਰਮ ਨੂੰ ਖਤਰਾ ਸੀ। ਪਰਮਾਤਮਾ ਨੇ ਖੁਦ ਧਰਮ ਦੀ ਰਾਖੀ ਕੀਤੀ, ਪਰਮਾਤਮਾ ਨੇ ਖੁਦ ਕਹਿ ਦਿੱਤਾ ਤਿਲਕ ਜਨੇਊ ਰਾਖਾ ਪ੍ਰਭ ਤਾਕਾ, ਕਹਿੰਦੇ ਤਿਲਕ ਅਤੇ ਜਨੇਊ ਦੇ ਅਸੀਂ ਰਾਖੇ ਹਾਂ, ਅਸੀਂ ਇਸ ਚੀਜ਼ ਦੀ ਰਾਖੀ ਕਰਾਂਗੇ, ਇਸ ਚੀਜ਼ ਦੀ ਅਗਵਾਈ ਕਰਾਂਗੇ। ਕਹਿੰਦੇ ਇਹ ਜ਼ਬਰਦਸਤੀ ਜ਼ਬਰ ਜਨਾਹ ਕਿਸੇ ਨਾਲ ਨਹੀਂ ਹੋਣ ਦੇਵਾਂਗੇ। ਇਸ ਕਰਕੇ ਸਾਧ ਸੰਗਤ ਅੱਜ ਆਪਣੇ ਆਪ ਨੂੰ ਬਦਲੀਏ, ਸੁਧਾਰੀਏ, ਅੰਮ੍ਰਿਤ ਛਕ ਲਈਏ, ਘੱਟੋ ਘੱਟ ਗੁਰੂ ਵਾਲੇ ਹੋ ਗਏ ਅਤੇ ਅਸੀਂ ਆਪਣਾ ਫਰਜ਼ ਅਦਾ ਕਰੀਏ। ਤੁਸੀਂ ਵੇਖ ਲਿਓ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤ ਵੀ ਨਹੀਂ ਲੱਭਣਾ। ਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਨਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਦੇਵੀ ਦੇਵਤੇ ਵੀ ਅੰਮ੍ਰਿਤ ਤੱਕ ਖੋਜਦੇ ਪਏ ਨੇ ਵੀ ਅੰਮ੍ਰਿਤ ਮਿਲ ਜੇ, ਪਰ ਸਾਡੇ ਲੋਕਾਂ ਨੂੰ ਪਰਵਾਹ ਕੋਈ ਨਹੀਂ। ਸਾਧ ਸੰਗਤ, ਅੰਮ੍ਰਿਤ ਛਕਣ ਨੂੰ ਵੀ ਬਹੁਤ ਵੱਡਾ ਭਾਰ ਮੰਨਿਆ ਜਾਂਦਾ। ਮੈਂ ਖੋਲ੍ਹ ਕੇ ਬੇਨਤੀ ਕਰ ਸਕਦਾ ਪਰ ਮੇਰੇ ਕੋਲ ਸਮਾਂ ਨਹੀਂ ਹੈ। ਅੰਮ੍ਰਿਤ ਛਕਣ ਨੂੰ ਵੀ ਇੱਕ ਹਊਆ ਬਣਾ ਦਿੱਤਾ ਵੀ ਅੰਮ੍ਰਿਤ ਛਕਣਾ, ਪਤਾ ਨਹੀਂ ਕੀ ਕੁਝ ਕਰਨਾ ਪੈਂਦਾ ਜੀ, ਅੰਮ੍ਰਿਤ ਛਕਣਾ ਤਾਂ ਬਹੁਤ ਔਖਾ ਹੈ, ਅੰਮ੍ਰਿਤ ਛਕ ਕੇ ਰਹਿਤ ਰੱਖਣੀ ਬੜੀ ਔਖੀ ਜੀ। ਕਈ ਕਹਿੰਦੇ ਨੇ ਸਾਨੂੰ ਕਛਹਿਰਾ ਪਹਿਨਣਾ ਔਖਾ ਜੀ, ਤਾਂ ਨਹੀਂ ਅੰਮ੍ਰਿਤ ਛਕਦੇ। ਸਾਧ ਸੰਗਤ ਬੇਨਤੀ ਕਰਦਾ ਹੁੰਦਾ, ਇਹ ਸਿਰਫ਼ ਅਤੇ ਸਿਰਫ ਸਾਡੇ ਬਹਾਨੇ ਨੇ। ਕਈ ਕਹਿੰਦੇ ਜੀ ਮੁੰਡੇ ਦਾ ਵਿਆਹ ਹੋ ਜਾਣ ਦਿਓ। ਮੈਂ ਕਿਹਾ ਵੀ ਮੁੰਡੇ ਦੇ ਵਿਆਹ ਨਾਲ ਅੰਮ੍ਰਿਤ ਦਾ ਕੀ ਕਨੈਕਸ਼ਨ?
ਜੀ ਉੱਤੇ ਫਿਰ ਥੋੜ੍ਹੇ ਮੋਟੇ ਦਾਰੂ ਦੂਰੂ ਪੀਤੀ ਜਾਂਦੀ ਹੈ। ਮੈਂ ਕਿਹਾ ਵੀ ਹੱਦ ਹੋ ਗਈ, ਦਾਰੂ ਪਿਆਰੀ ਹੈ ਪਰ ਗੁਰੂ ਦਾ ਅੰਮ੍ਰਿਤ ਸਾਨੂੰ ਚੰਗਾ ਨਹੀਂ ਲੱਗਦਾ ਅਤੇ ਹਜੇ ਸੁੱਖ ਪਾਲਣ ਡਏ ਹਾਂ। ਬੇਨਤੀ ਕਰਦਾ ਸਾਧ ਸੰਗਤ, ਗੁਰੂ ਕੋਲੋਂ ਅੰਮ੍ਰਿਤ ਛਕਣਾ ਸਾਡਾ ਫਰਜ਼ ਬਣਦਾ, ਪਰ ਪਿਆਰਿਓ ਜੇ ਅੱਜ ਵੀ ਅੰਮ੍ਰਿਤ ਨਾ ਛਕਿਆ ਅਤੇ ਕੱਲ੍ਹ ਨੂੰ ਗੁਰੂ ਕੋਲ ਜਾਵਾਂਗੇ ਤਾਂ ਕੀ ਜਵਾਬ ਹੈ। ਕਬੀਰ ਜ਼ੋਰ ਕੀਆ ਜ਼ੁਲਮ ਹੁਆ ਲੇ ਜਵਾਬ ਖੁਦਾਏ। ਇਹ ਤਾਂ ਗੱਲ ਪੱਕੀ ਹੈ ਵੀ ਪਰਮਾਤਮਾ ਨੇ ਲੇਖਾ ਮੰਗਣਾ, ਪਰਮਾਤਮਾ ਨੇ ਸਾਡੇ ਤੋਂ ਚੀਜ਼ ਵੇਖਣੀ ਹੈ ਵੀ ਕਰੀਏ ਕਿ ਨਹੀਂ ਕਰੀ। ਸਾਧ ਸੰਗਤ ਫਿਰ ਕੋਈ ਜਵਾਬ ਹੈ ਆਪਣੇ ਕੋਲ? ਕੋਈ ਜਵਾਬ ਨਹੀਂ ਕਿਸੇ ਪ੍ਰਕਾਰ ਦਾ ਆਪਣੇ ਕੋਲ ਜਵਾਬ ਹੋਣਾ ਹੀ ਨਹੀਂ। ਸਾਧ ਸੰਗਤ ਇਸ ਕਰਕੇ ਆਪਸੀ ਪਿਆਰ, ਕਹਿੰਦੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ, ਸਤਿਗੁਰੂ ਕਹਿੰਦੇ ਨੇ ਪਵਿੱਤਰ ਬਣਾਉਣਾ ਆਪਣੇ ਵਿਚਾਰਾਂ ਨੂੰ, ਪਵਿੱਤਰ ਹੀ ਸੁਣਨਾ ਅਤੇ ਪਵਿੱਤਰ ਹੀ ਬੋਲਣਾ, ਚੰਗੇ ਮਿਠਾਸ ਵਾਲੇ ਬੋਲ ਬੋਲਣੇ ਨੇ। ਅੰਮ੍ਰਿਤ ਛਕਣਾ, ਅੰਮ੍ਰਿਤ ਛਕ ਕੇ ਸਿੰਘ ਸੱਜਣਾ, ਨਸ਼ਿਆਂ ਦਾ ਤਿਆਗ ਕਰਨਾ ਅਤੇ ਆਪਣੇ ਆਪ ਨੂੰ ਸਾਵਧਾਨ ਅਤੇ ਸੁਚੇਤ ਰੱਖਣਾ। ਜੋ ਫਰਜ਼ ਬਣਦਾ ਉਹ ਅਸੀਂ ਆਪਣਾ ਨਿਭਾ ਦੇਈਏ, ਬਾਕੀ ਗੁਰੂ ਰਾਖਾ ਹੈ, ਗੁਰੂ ਰਾਖਾ ਹੈ, ਆਪੇ ਉਹ ਰੱਖਿਆ ਕਰੇਗਾ। ਸਾਧ ਸੰਗਤ ਅੱਜ ਮਨੁੱਖਤਾ ਦੀ ਰੱਖਿਆ ਤਦ ਹੋ ਸਕਦੀ ਹੈ ਜੇ ਗੁਰੂ ਵਾਲਾ ਬਣ ਜਾਏ, ਜੇ ਗੁਰੂ ਤੋਂ ਟੁੱਟ ਕੇ ਕਹੇ ਮੇਰੀ ਰੱਖਿਆ ਹੋ ਜਾਏ ਫਿਰ ਤਾਂ ਭਾਈ ਮੁਸ਼ਕਲ ਹੈ ਕੰਮ। ਗੁਰਬਾਣੀ ਨੂੰ ਘਰ ਵਿੱਚ ਰੱਖੋ, ਘਰ ਦੇ ਵਿੱਚੋਂ ਇੱਕ ਜਾਣਾ ਵੀ ਪਾਠ ਕਰੇ ਜਾਂ ਸਾਰੇ ਕਰਨ, ਕੋਈ ਗਲਤ ਗੱਲ ਤਾਂ ਹੈ ਨਹੀਂ ਜੇ ਪਾਠ ਸਾਰੇ ਵੀ ਕਰਨਗੇ। ਬੱਚਿਆਂ ਨੂੰ ਅੱਜ ਤੋਂ ਹੀ ਪਾਠ ਕਰਨ ਲਾ ਦਿਓ, ਆਪ ਕਰੋ ਅਤੇ ਆਪਣੇ ਆਪ ਬੱਚਿਆਂ ਨੂੰ ਪ੍ਰੇਰੋ, ਤੁਸੀਂ ਵੀ ਜੁੜੋ ਅਤੇ ਆਪਣਾ ਜੀਵਨ ਵੀ ਸਫਲਾ। ਜਿਹੜਾ ਬੰਦਾ ਗੁਰੂ ਨਾਲ ਜੁੜ ਜਾਂਦਾ ਉਹਨੂੰ ਆਪਣੀ ਮੌਤ ਦਾ ਡਰ ਨਹੀਂ ਰਹਿੰਦਾ। ਸਾਧ ਸੰਗਤ ਇਹ ਗੁਰੂ ਨੇ ਸਾਫ਼ ਕਹਿ ਦਿੱਤਾ ਹੈ, ਇਸ ਕਰਕੇ ਕਹਿੰਦਾ ਵੀ ਸਾਰੇ ਡਰ ਪੈ ਚੱਕ ਕੇ ਗੁਰੂ ਨਾਲ ਜੁੜ ਜਾਓ। ਜਿੰਨਾ ਸਮਾਂ ਲੱਗਦਾ ਗੁਰੂ ਨਾਲ ਆਪਣੀ ਹਾਜ਼ਰੀ ਪ੍ਰੇਮ ਪਿਆਰ ਲਿਵ ਜ਼ਰੂਰ ਜੋੜੋ ਸਾਧ ਸੰਗਤ, ਤਾਂ ਕਿ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਨਾਲ ਜੁੜੇ ਰਹੋ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਗੁਰੂ ਜੀ, ਤੁਹਾਨੂੰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।